ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇਖਦੇ ਪਏ ਜੀ ਮੇਰਾ ਡੀਪੀਸੀ ਦੇ ਉੱਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਆ ਤੇ ਲੈ ਕੇ ਹਾਜ਼ਰ ਆ ਅੱਜ ਦੀ ਸਭ ਤੋਂ ਵੱਡੀ ਖੁਸ਼ਖਬਰੀ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਆ ਕਿਸਾਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿਹਦੇ 'ਚ ਤੁਹਾਨੂੰ ਦੱਸ ਦਈਏ ਕਿ ਮੋਦੀ ਨੇ ਜਿਹੜੇ ਆਰਡਰ ਦੇ ਦਿੱਤੇ ਨੇ, ਹੁਕਮ ਆ ਗਏ ਨੇ ਵੀ ਨਹੀਂ ਲੋੜ ਹੁਣ ਤੁਹਾਨੂੰ ਦਿੱਲੀ ਦੇ ਵਿੱਚ ਧਰਨਾ ਲਾਉਣ ਦੀ, ਤਾਂ ਨਹੀਂ ਲੋੜ ਤੁਹਾਨੂੰ ਦਿੱਲੀ ਦੇ ਵਿੱਚ ਖੱਜਲ ਖੁਆਰੀ ਹੋਣ ਦੀ, ਤਾਂ ਨਾ ਹੀ ਆਪਣੀ ਨੌਜਵਾਨੀ ਅਤੇ ਨਾ ਹੀ ਆਪਣੇ ਬੁਢਾਪੇ ਨੂੰ ਇਸ ਤਰ੍ਹਾਂ ਤੁਸੀਂ ਖਰਾਬ ਕਰੋ। ਅਤੇ ਮੋਦੀ ਨੇ ਜਿਹੜਾ ਆ, ਮੋਦੀ ਸਰਕਾਰ ਨੇ ਇੱਕ ਵਾਰੀ ਫੇਰ ਤੋਂ ਜਿਹੜਾ ਆ MSP ਦੇ ਉੱਤੇ ਚੌਥੀ ਬੈਠਕ ਦੇ ਵਿੱਚ ਜਿਹੜਾ ਆ ਇਹ ਸਿੱਟਾ ਨਿਕਲ ਕੇ ਸਾਹਮਣੇ ਆਇਆ ਕਿ MSP ਜਿਹੜੀ ਹੈ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ, ਜਿਹੜੀ ਮਿਨੀਮਮ ਸੌਟ ਰੇਟ ਹੈਗੇ ਨੇ ਉਹ ਦੇ ਦਿੱਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਕੀ ਹੈ ਕਿ ਕੁਝ ਦਾਲਾਂ ਜਿਸ ਤਰ੍ਹਾਂ ਕਿ 3 ਤੋਂ 4 ਜਿਹੜੀਆਂ ਦਾਲਾਂ ਨੇ, ਮੱਕਾ ਆ, ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਕਪਾਹ ਦੇ ਉੱਤੇ ਜਿਹੜੀ ਹੈ MSP ਦੇ ਦਿੱਤੀ ਗਈ ਹੈ। ਇਹ ਫਸਲਾਂ ਦੇ ਉੱਤੇ ਜਿਹੜੀ ਇਹ ਖਰੀਦ ਸਰਕਾਰ ਵੱਲੋਂ ਕੀਤੀ ਜਾਏਗੀ ਮਿਨੀਮਮ ਰੇਟਾਂ ਦੇ ਉੱਤੇ, ਜਿਹੜੇ ਕਿ ਬਹੁਤ ਚਿਰ ਤੋਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਰੱਟਾ ਪਿਆ ਹੋਇਆ ਸੀ ਅਤੇ ਕਿਸਾਨ ਵਾਰ ਵਾਰ ਜਿਹੜਾ ਆ ਅੰਦੋਲਨ ਕਰਦਾ ਪਿਆ ਸੀ ਵੀ ਸਾਨੂੰ ਫਸਲਾਂ ਦੇ ਉੱਤੇ ਜਿਹੜੀ MSP ਦਿੱਤੀ ਜਾਵੇ। ਉਸੇ MSP ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਫਿਰ ਤੋਂ ਪੰਜਾਬ ਤੋਂ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਗਏ ਸੀ ਅਤੇ ਜਿਹੜੇ ਹਰਿਆਣਾ ਬਾਰਡਰ ਦੇ ਉੱਤੇ ਇਸੇ ਜੱਦੋਜਹਿਦ ਦੇ ਵਿੱਚ ਲੜ ਰਹੇ ਸੀ, ਉਸ ਜੱਦੋਜਹਿਦ ਨੂੰ ਖਤਮ ਕਰਦੇ ਹੋਏ ਜਿਹੜਾ ਆ ਕਿਸਾਨਾਂ ਨੂੰ ਜਿਹੜੀ ਇਹ ਰਾਹਤ ਦੇ ਦਿੱਤੀ ਗਈ ਹੈ। ਭਾਵੇਂ ਕਿ ਜਿਹੜੀ MSP ਦੀ ਗਰੰਟੀ ਹੈ ਉਹ ਕੁਝ ਫਸਲਾਂ 'ਤੇ ਦਿੱਤੀ ਗਈ ਹੈ, ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜੀ ਹੈ ਰਾਹਤ ਜ਼ਰੂਰ ਮਿਲੀ ਹੈ। ਜਿਹੜੀ ਜੱਦੋਜਹਿਦ ਆ ਉਹ ਲਗਭਗ ਖਤਮ ਹੋ ਜਾਏਗੀ ਕਿ ਕੀ ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਣ ਪੈਣ ਆ ਜਾਣਗੇ ਅਤੇ ਆਪਣੀ ਜ਼ਿੰਦਗੀ ਨੂੰ ਸੁਖਾਲੇ ਤਰੀਕੇ ਦੇ ਨਾਲ ਜੀਣਗੇ। ਜਿਹੜੀ ਜੱਦੋਜਹਿਦ ਕਰਦੇ ਪਏ ਸੀ, ਜਿਹੜੇ ਇੰਨੀ ਦੌੜ ਕਰਦੇ ਪਏ ਸੀ, ਉਸ ਜਗ੍ਹਾ 'ਤੇ ਜਾ ਕੇ ਆਪਣੇ ਘਰ ਤੋਂ ਬੇਘਰ ਹੋ ਕੇ ਕੀ ਉਸ ਚੀਜ਼ ਤੋਂ ਕਿਸਾਨਾਂ ਨੂੰ ਰਾਹਤ ਮਿਲ ਗਈ ਹੈ। ਅਤੇ ਤੁਹਾਨੂੰ ਦੱਸ ਦਈਏ ਦੁਬਾਰਾ ਤੋਂ ਕਿ ਜਿਹੜੀਆਂ 3 ਤੋਂ 4 ਫਸਲਾਂ ਨੇ, ਜਿਵੇਂ ਕਿ ਕੁਝ ਦਾਲਾਂ ਨੇ, 3 ਤੋਂ 4 ਦਾਲਾਂ ਨੇ, ਉਹਤੇ ਤੋਂ ਬਾਅਦ ਜਿਹੜਾ ਆ ਮੱਕੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਨਾਲ ਦੀ ਨਾਲ ਕਪਾਹ ਦੀ ਖੇਤੀ ਹੈ, ਜਿਹੜੀ ਕਪਾਹ ਦੇ ਉੱਤੇ ਜਿਹੜੀ ਹੈ MSP ਜਿਹੜੀ ਹੈ ਜਿਹੜੀ ਲਾਗੂ ਕਰ ਦਿੱਤੀ ਗਈ ਹੈ ਸਰਕਾਰ ਵੱਲੋਂ। ਇਹਨਾਂ 3 ਤੋਂ 4 ਫਸਲਾਂ ਨੂੰ ਜਿਹੜਾ ਆ ਜਿਹੜੀ ਇਹ ਸਰਕਾਰ ਖਰੀਦੇਗੀ ਮਿਨੀਮਮ ਰੇਟਾਂ ਦੇ ਉੱਤੇ ਖਰੀਦੇਗੀ, ਅਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਇਹਦੀ ਖਰੀਦ ਹੋਵੇਗੀ। ਅਤੇ ਕਿਸਾਨ ਜਿਹੜੇ ਆ ਅੱਜ ਖੁਸ਼ ਨੇ, ਕਿੰਨੇ ਖੁਸ਼ ਨੇ ਇਹ ਆਪਾਂ ਅਗਲੀ ਕਿਸੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜਾ ਆ ਪੰਜਾਬ ਤੋਂ ਕਿਸਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਜਦੋਂ ਕਿਸਾਨ ਵਾਪਸ ਆ ਜਾਣਗੇ ਆਪਣੇ ਘਰਾਂ ਨੂੰ ਅਤੇ ਆਪਣੇ ਪਿੰਡ ਦੇ ਆਲੇ ਦੁਆਲੇ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉੱਥੇ ਦਾ ਮਾਹੌਲ ਕਿਵੇਂ ਦਾ ਸੀ ਅਤੇ ਕਿਸ ਤਰ੍ਹਾਂ ਜਾ ਕੇ ਜਿਹੜੀ ਇਹ ਹੁਣ ਜਿਹੜੀ MSP 'ਤੇ ਜਿਹੜੀ ਗੱਲ ਆ, ਅਤੇ ਕੀ ਇੰਨੀ MSP ਦੇ ਨਾਲ ਜਿਹੜਾ ਆ ਕਿਸਾਨ ਖੁਸ਼ ਆ, ਕਿ ਵਾਕਿਆ ਖੁਸ਼ ਰਹੇਗਾ, ਕਿ ਉਹਦੀਆਂ ਜਿਹੜੀਆਂ ਗਰੰਟੀਆਂ ਨੇ ਉਹ ਪਾਸ ਹੋਈਆਂ, ਕਿ ਉਹਨਾਂ ਨੂੰ ਜਿਹੜਾ ਆ ਇੰਨੀ ਮਿਹਨਤ ਕਰਨ ਦਾ ਜਿਹੜਾ ਫਲ ਆ ਉਹ ਸਹੀ ਮਿਲਿਆ ਜਾਂ ਨਹੀਂ ਮਿਲਿਆ। ਸਾਰੀ ਗੱਲਬਾਤ ਜਿਹੜੀ ਹੈ ਅਗਲੀ ਵੀਡੀਓ ਦੇ ਵਿੱਚ ਕਰ ਲਵਾਂਗੇ। ਤੁਸੀਂ ਦੇਖਦੇ ਰਹੋ ਮੇਰਾ ਨਾਂ DPC, ਮੈਂ ਤੁਹਾਡਾ ਆਪਣਾ ਧਰਮ ਜੀ।